एक बहुत ही ईमानदार अते सच्ची सुच्ची शख्सियत दे मालक सूबेदार गुरनाम सिंह हुणा ने अपना सारा जीवन सच्चाई दे रस्ते ते चलदियां बिताया। आप जी बहुत ही चंगे संस्कारां दे धारनी अते सहनशील बिरती वाले इंसान सन। परमात्मा दे घर प्रति सच्चे श्रद्धावान सन अते हर एक गरीब अते दीन दुखिया दी सहायता करनी आप जी दा सुभा सी। आप जी दे किरत अते चंगे संस्कारां दा लाया बूटा मौजूदा समय विच आप जी दे परिवार विच प्रफुल्लित हो रहा है। मौजूदा समय विच आप जी दे नक्शे कदमां ते आप जी दा समुचा परिवार चल रहा है। सूबेदार गुरनाम सिंह हुणा दी याद विच एक धार्मिक समागम दा आयोजन उन्हां दे समूह परिवार वल्लों उन्हां दे पिंड चक यकूब गुरदासपुर विखे करवाया गया, जिस विच रागी सिंघां वल्लों कीर्तन दी हाजरी लगवाई अते आईयां होईयां समूह संगतां नूं उस परम पिता परमात्मा दे चरणां नाल जोड़िया। Yeah.
ਗੁਰੂ ਜੀ ਦੇ ਪਾਵਨ ਤੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੀ ਹੋਈ ਸਾਧ ਸੰਗਤ, ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਸਾਡੇ ਵਿੱਚੋਂ ਇੱਕ ਗੁਰੂ ਕੇ ਪਿਆਰੇ, ਗੁਰੂ ਕੇ ਕੰਨ ਸਿੱਖ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰੂ ਹੁਕਮਾਂ ਅਨੁਸਾਰ ਚੱਲਦਿਆਂ, ਜਿਹੜੇ ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਹੁਕਮ ਦਿੱਤੇ ਹੈ ਇੱਕ ਗੁਰਸਿੱਖ ਦੇ ਲਈ, ਮਹਾਰਾਜ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੋਵੇਗਾ ਨਾ, ਜਿਹੜਾ ਗੁਰੂ ਕਾ ਸਿੱਖ ਉਹਦਾ ਜੀਵਨ ਕਿੱਦਾਂ ਦਾ ਹੋਵੇਗਾ। ਮਹਾਰਾਜ ਗੁਰਬਾਣੀ ਵਿੱਚ ਲਿਖਦੇ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਕਹਿੰਦੇ ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤਸਰ ਨਾਮ ਹੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿੱਚ ਪਾਪ ਦੋਖ ਲੈ ਜਾਵੇ। ਤੇ ਜਦੋਂ ਦਿਨ ਚੜ ਜਾਏ ਮਹਾਰਾਜ ਕਹਿੰਦੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਤੇ ਕਹਿੰਦੇ ਬਾਹਦਿਆ ਉੱਠਦਿਆਂ ਹਰ ਨਾਮ ਧਿਆਵੇ। ਇਹ ਗੁਰਸਿੱਖ ਦੀਆਂ ਨਿਸ਼ਾਨੀਆਂ ਦੱਸੀਆਂ ਨੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਾਡੇ ਮਤਲਬ ਕਿ ਕਾਫੀ ਜੋ ਪ੍ਰੋਐਕਟਿਵ ਮਿਲਣਸਾਰ ਤੇ ਸਾਨੂੰ ਗਾਈਡ ਕਰਨ ਵਾਲੇ ਸਰਦਾਰ ਗੁਰਨਾਮ ਸਿੰਘ, ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਫੌਜੀ ਦੀ ਲਾਈਫ ਇਹੋ ਜਿਹੀ ਹੁੰਦੀ ਹੈ ਕਿ ਰੱਬ ਦੀ ਨੇੜਤਾ ਬਹੁਤ ਲਾਗੇ ਹੁੰਦੀ ਹੈ। ਰੱਬ ਦੇ ਫੌਜੀ ਦੇ ਵਿੱਚ ਜਿੰਨੀ ਨੇੜਤਾ ਹੁੰਦੀ ਹੈ ਓਨੀ ਕਿਤੇ ਹੋਰ ਨਹੀਂ ਹੁੰਦੀ, ਕਿਉਂਕਿ 1,00,000 ਮੰਨ ਕੇ ਚਲੋ ਹਿੰਦੁਸਤਾਨ ਦੇ ਵਿੱਚ ਇਸ ਟਾਈਮ ਪਰ 1,25,000,000 ਬੰਦੇ ਹੈ, ਉਹਨਾਂ ਦੇ ਵਿੱਚੋਂ 1,300,000 ਫੌਜ ਹੈ। ਤੋ ਇੱਕ ਫੌਜੀ ਬਣਨਾ ਕੋਈ ਸੌਖਾ ਨਹੀਂ ਹੈ, ਕਾਫੀ ਕੰਪੀਟੀਸ਼ਨ ਹੈ, ਕਾਫੀ ਉਹਦੇ ਬਾਅਦ ਵਿੱਚ ਜਾ ਕੇ ਇੱਕ ਬੰਦਾ ਫੌਜੀ ਬਣਦਾ ਹੈ। ਜਿਹੜਾ ਫੌਜੀ ਬਣਦਾ ਹੈ ਉਹਨੂੰ ਇੱਕ ਰੱਬ ਦੀ ਤਰਫੋਂ ਹੀ ਚੁਣਿਆ ਜਾਂਦਾ ਕਿ ਤੂੰ ਫੌਜ 'ਚ ਜਾਏਗਾ, ਹਰ ਐਰਾ ਗੇਰਾ ਕੋਈ ਜਾ ਨਹੀਂ ਸਕਦਾ। ਜਿਹਲੇ ਅਸੀਂ ਥੋੜ੍ਹੀ ਦੇਰ ਪਹਿਲੇ ਜੋ ਸੰਤ ਮਹਾਰਾਜ ਨੇ ਇਹਦਾ ਸੁਣ ਰਹੇ ਸੀ, ਉਹਨਾਂ ਨੇ ਇੱਕ ਹੀ ਚੀਜ਼ ਦੇ ਉੱਤੇ ਜ਼ਿਆਦਾ ਲੈਕਚਰ ਦੇਣ ਦੇ ਸੀ ਕਿ ਡਿਟੈਚਮੈਂਟ, ਮੋਹ ਦੇ ਨਾਲੋਂ ਵੱਖਰਾ ਹੋਣਾ। ਇਹ ਫੌਜੀ ਆਦਮੀ ਦਾ ਮੋਹ ਦੇ ਨਾਲੋਂ ਵੱਖਰਾ ਉਸਲੇ ਹੋ ਹੀ ਜਾਂਦਾ ਹੈ ਜਿਸ ਵੇਲੇ ਉਹ ਬਾਰਡਰ ਤੇ ਹੁੰਦਾ ਹੈ। ਉਹਦੇ ਹੱਥ ਵਿੱਚ ਬੰਦੂਕ ਹੈ, ਦੂਜੇ ਦੇ ਹੱਥ ਵਿੱਚ ਵੀ ਬੰਦੂਕ ਹੈ, ਕਿਹੜਾ ਕਿਹਨੂੰ ਪਹਿਲੇ ਗੋਲੀ ਮਾਰੇਗਾ। ਉਸ ਵੇਲੇ ਕੋਈ ਕੋਈ ਬੇਟਾ, ਕੋਈ ਮਾਂ, ਕੋਈ ਪਿਓ, ਕੋਈ ਨਾਲ ਨਹੀਂ। ਉਸ ਵੇਲੇ ਦੁਸ਼ਮਣ ਹੈ ਜਾਂ ਮੈਂ ਹਾਂ, ਦੋਨਾਂ ਦੇ ਕੋਲ ਰਾਈਫਲ ਹੈ। ਤੀਸਰਾ ਉਹਨਾਂ ਨੂੰ ਡਿਸਾਈਡ ਕਰਨ ਵਾਲਾ ਉੱਪਰ ਬੈਠਾ ਪਰਮ ਪਿਤਾ ਪਰਮੇਸ਼ਰ ਸ੍ਰੀ ਗੁਰੂ ਗੁਰੂ ਜੋ ਵੀ ਅਸੀਂ ਆਲਮੇਟ ਜਿਹੜਾ ਅਸੀਂ ਵਾਹਿਗੁਰੂ ਸਾਹਿਬ ਉਹ ਹੀ ਹੈ, ਉਹਨੇ ਕੀ ਡਿਸਾਈਡ ਕਰਨਾ ਹੈ ਔਰ ਉਹਦੇ ਪਹਾੜੀ 'ਚ ਰਹਿ ਕੇ ਕੰਮ ਕਰਨਾ ਹੈ। ਔਰ ਜੋ ਸਿੱਖ ਰਜਵਣ ਦਾ ਇਤਿਹਾਸ ਹੈ ਉਹ ਤਾਂ ਇਹੋ ਹੀ ਹੈ, 1,25,000,000 ਸੇ ਲੜਾਉਣ। ਅਤੇ ਇਸ ਕਰਕੇ ਇਹ ਬੰਦਿਆਂ ਦਾ ਜੋ ਯੋਗਦਾਨ ਹੈ ਔਰਗਨਾਈਜੇਸ਼ਨ ਵਾਸਤੇ, ਫੌਜ ਵਾਸਤੇ, ਪਿੰਡ ਵਾਸਤੇ ਬਹੁਤ ਵਧੀਆ, ਬਹੁਤ ਹੀ ਸੈਲਾਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।